जमा है बिच जाके गड्डी नूं फिर रस्सा भी पाया वा ते गड्डी दे बिच है नहीं सी कुछ भी कोई बेकंट्रोली होगी गड्डी पता नहीं स्पीड ही उपर वाली सी वो बाहर तो निकल गए सी गड्डी चो उन्हां नूं पानी रोड़ के लै गया ना ते मैं आके जिहड़े दो मुंडे गड्डी दे बैच सी ओह कढ ले आ जिहड़े दो बैच मूर दे टाकियां च सी ओह डुब गए जी जां तां उहनां दे कोई सट सवेट वज गई वी उहनां तों निकलिया नहीं गया जां उहनां ने हत्थ पैर भी नहीं ज्यादा नहीं मारे गए ते ओह विच ही उत्थे ही डुब गए आ ओह गड्डी दे विच सीगे जो दूजे मुंडे तुसीं गड्डी चों कढे नहीं मैं गड्डी दो कढे आ जदों मुंडे दुआ गड्डी दे बैच बड़िया वा पानी दे बैच जाके ते ओह गड्डी च है नहीं सी कुछ भी जमा है बैच जाके गड्डी नूं फिर रस्सा भी पाया वा ਤੇ ਗੱਡੀ ਦੇ ਵਿੱਚ ਹੈ ਨਹੀਂ ਸੀ ਕੁਛ ਵੀ ਕੱਲੀ ਭੂਰੀ ਮਿਲੀ ਉਹਦੇ ਵਿੱਚੋਂ ਗੱਡੀ ਦੇ ਹੀ ਹੋਰ ਕੁਛ ਨਹੀਂ ਸੀ ਉਹ 'ਚ ਦੋ ਮੁੰਡਿਆਂ ਦਾ ਬਿਲਕੁਲ ਨਹੀਂ ਪਤਾ ਲੱਗਾ ਦੋ ਮੁੰਡੇ ਰੁੜ ਗਏ ਹਾਂਜੀ ਦੋ ਰੁੜ ਗਏ ਦੋ ਕੱਢ ਲਏ ਸੀ ਅਤੇ ਰਾਤ ਫਿਰ ਲੱਭਣ ਦੀ ਵੀ ਕੋਸ਼ਿਸ਼ ਕੀਤੀ ਉਹਨਾਂ ਨੂੰ ਰਾਤ ਜੀ ਲੱਭੇ ਅਤੇ ਸੁਬਾਹ ਅਸੀਂ ਦੋ ਘੰਟੇ ਹੁਣ ਪਾਣੀ ਦੇ ਵਿੱਚ ਬੜੇ ਰਹੇ ਹਾਂ ਵੀ ਉਹਨਾਂ ਦਾ ਕੋਈ ਪਤਾ ਨਹੀਂ ਲੱਗਿਆ ਜੀ ਗੱਡੀ ਕੱਢ ਲਈ ਗੱਡੀ ਬਿਲਕੁਲ ਡੈਮੇਜ ਹੋ ਚੁੱਕੀ ਹੈ ਗੱਡੀ ਟੁੱਟ ਗਈ ਆ ਜੀ ਵਿੱਚ ਵੱਜ ਕੇ ਗੱਡੀ ਕੰਧ ਦੇ ਫੇਰ ਬੈਰ ਚ ਨਹਿਰ ਦੇ ਗਈ ਆ ਜੀ ਜਿਹੜੇ ਦੋ ਮੁੰਡੇ ਬਚਾਏ ਆ ਉਹਨਾਂ ਨੇ ਦੱਸਿਆ ਵੀ ਆ ਕਿੱਥੋਂ ਆ ਰਹੇ ਸੀ ਤੇ ਕੀ ਗੱਲ ਹੋਈ ਸੀ ਉਹ ਜੀ ਇਧਰੋਂ ਆਏ ਸੀਗੇ ਜੀ ਹੈਪੀ ਬਰਥਡੇ ਸੀਗਾ ਉਹਨਾਂ ਦਾ ਤੇ ਰੈਸਟੋਰੈਂਟ 'ਚ ਆਏ ਸੀਗੇ ਹਾਂਜੀ ਤੇ ਉਹ ਛੱਡਣ ਚੱਲੇ ਸੀ ਕਿਸੇ ਮੁੰਡੇ ਨੂੰ ਜੀ ਪਿੰਡ ਤੇ ਗੱਡੀ ਤੇਜ਼ ਸੀਗੀ ਬਾਹਲੀ ਜ਼ਿਆਦਾ ਡਰਿੰਕ ਵੀ ਕੀਤੀ ਸੀ ਉਹਨਾਂ ਨੇ ਤੇ ਕੰਟਰੋਲੋਂ ਬਾਹਰ ਹੋ ਗਈ ਗੱਡੀ ਤੇ ਨਹਿਰ ਦੇ ਵਿੱਚ ਜਾ ਡਿੱਗੀ ਜੀ ਤੇਜ਼ ਸੀ ਗੱਡੀ ਹਾਂਜੀ ਬਹੁਤ ਤੇਜ਼ ਸੀ ਤੇ ਜਿਹੜੇ ਦੋ ਮੁੰਡੇ ਬਚੇ ਆ ਉਹ ਠੀਕ ਆ ਹਾਂਜੀ ਠੀਕ ਆ ਜੀ ਬਿਲਕੁਲ ਠੀਕ ਆ ਦੂਜੇ ਦੋਨਾਂ ਦਾ ਕੁਝ ਨਹੀਂ ਪਤਾ ਉਹਨਾਂ ਦਾ ਕੁਝ ਪਤਾ ਨਹੀਂ ਲੱਗਿਆ ਜੀ ਹਲੇ ਤੱਕ ਠੀਕ ਕੀ ਗੱਲ ਕੀ ਹੋਈ ਸੀਗੀ ਰਾਤੀ ਜਿਹਦੇ ਕਰਕੇ ਤੁਹਾਡੀ ਗੱਡੀ ਨਹਿਰ 'ਚ ਡਿੱਗ ਪਈ ਅਸੀਂ ਰਾਤ ਮਰਲੇ ਤੋਂ ਆ ਰਹੇ ਸੀ ਉਹ ਮੁੰਡੇ ਦੀ ਬਰਥਡੇ ਪਾਰਟੀ ਤੋਂ ਤਾਂ ਆਉਂਦੇ ਆਉਂਦੇ ਅਸੀਂ ਉਹ ਜੋ ਨਹਿਰ 'ਤੇ ਆਈ ਮੋੜ 'ਤੇ ਉਹ ਗੱਡੀ ਮੋੜ ਨਹੀਂ ਮੋੜੀ ਉਹ ਤੋਂ ਮੁੰਡੇ ਤੋਂ ਅਤੇ ਉਹ ਸਿੱਧੀ ਨਹਿਰ 'ਚ ਜਾ ਵੜੀ ਅਤੇ ਉਹ ਮਤਲਬ ਸਭ ਤੋਂ ਪਹਿਲਾਂ ਉਤਰ ਗਏ ਗੱਡੀ 'ਚੋਂ ਮੂਹਰੇ ਮੂਹਰੇ ਬੈਠੇ ਸੀ ਉਹ ਦੋਨੇ ਜਾਣੇ ਬਾਰੀਆਂ ਖੁੱਲ੍ਹੀਆਂ ਸੀਗੀਆਂ ਅਸੀਂ ਮਗਰ ਸੀਗੇ ਅਤੇ ਅਸੀਂ ਬਾਅਦ 'ਚੋਂ ਉਹਨਾਂ ਤੋਂ ਬਾਅਦ ਨਿਕਲੇ ਹਾਂ ਅਤੇ ਅਸੀਂ ਨਿਕਲ ਗਏ ਗੱਡੀ ਦੀ ਤਾਂ ਉੱਪਰ ਛੱਤ ਉੱਪਰ ਚੜ੍ਹ ਗਏ ਅਤੇ ਛੱਤ ਉੱਪਰ ਚੜ੍ਹਨੇ ਫਿਰ ਮੈਂ ਫੋਨ ਉਹਦੀ ਜੇਬ 'ਚੋਂ ਕੱਢਿਆ ਅਤੇ ਫੋਨ ਲਾਇਆ ਗਾਂਹ ਵਾਲੇ ਮੂਹਰਲੀ ਗੱਡੀ ਵਾਲਿਆਂ ਅਤੇ ਉਹ ਵਾਪਸ ਆਏ ਅਤੇ ਉਹਨਾਂ ਨੇ ਆ ਕੇ ਫਿਰ ਸਾਰਿਆਂ ਨੂੰ ਇਕੱਠੇ ਕਰਿਆ ਉੱਥੇ ਮੁੜ ਕੇ ਫਿਰ ਬਾਹਰ ਕੱਢਿਆ ਨਹਿਰ 'ਚ ਡਿੱਗੀ ਗੱਡੀ 'ਚੋਂ ਫੋਨ ਲਾਇਆ ਹਾਂ ਡਿੱਗੀ ਗੱਡੀ 'ਚ ਠੀਕ ਆ ਜਨਮਦਿਨ ਕਿਹਦਾ ਸੀ ਜਨਮਦਿਨ ਦਲਪ੍ਰੀਤ ਦਾ ਸੀ ਅੱਛਾ ਉਹ ਤਾਂ ਜਨਮਦਿਨ ਮਨਾ ਕੇ ਵਾਪਸ ਆਉਂਦੇ ਸੀ ਹਾਂਜੀ ਹਾਂਜੀ ਫਿਰ ਮਤਲਬ ਵੀ ਗੱਡੀ ਡਿੱਗੀ ਤਾਂ ਉਹ ਬਾਹਰ ਨਹੀਂ ਨਿਕਲ ਪਾਏ ਉਹ ਬਾਹਰ ਤਾਂ ਨਿਕਲ ਗਏ ਸੀ ਗੱਡੀ 'ਚੋਂ ਉਹਨਾਂ ਨੂੰ ਪਾਣੀ ਰੋੜ ਕੇ ਲੈ ਗਿਆ ਨਾਲ ਮਤਲਬ ਉਹ ਬਾਹਰ ਉੱਤੇ ਨਹੀਂ ਗੱਡੀ 'ਤੇ ਨਹੀਂ ਆ ਸਕੇ ਛੱਤ 'ਤੇ ਅੱਛਾ ਹਾਂਜੀ ਫਿਰ ਤੁਹਾਨੂੰ ਆ ਕੇ ਪਿੰਡ ਡੱਲਾ ਵਾਲੇ ਮੁੰਡਿਆਂ ਨੇ ਬਚਾਇਆ ਹਾਂਜੀ ਹਾਂਜੀ ਠੀਕ ਗੱਲ ਹੋਈ ਸੀ ਸਰਪੰਚ ਰਾਤ ਨੂੰ ਰਾਤ ਜਦੋਂ ਅਸੀਂ ਆਏ ਇੱਥੇ ਸਰਪੰਚ ਸਾਹਿਬ ਵੀ ਬੈਠੇ ਆਪਣੇ ਡੱਲੇ ਵਾਲੇ ਵੀ ਸੀਗੇ ਜਦੋਂ ਅਸੀਂ ਆਏ ਦੋ ਬੰਦੇ ਮੁੰਡੇ ਉਹਨਾਂ ਨੇ ਕੱਢ ਲਏ ਵੀ ਉਹ ਕਹਿੰਦੇ ਦੋ ਇਹਦੇ ਵਿੱਚ ਆ ਅਤੇ ਮੇਰੇ ਸਾਹਮਣੇ ਉਹਨੇ ਗੱਡੀ ਵੀ ਕੱਢ ਲਈ ਸੀ ਅੱਜ ਵੀ ਦੇਖਿਆ 3 ਵਜੇ ਤੱਕ ਡਿੱਗਦੇ ਰਹੇ ਜੀ ਫਿਰ ਅਸੀਂ ਸੁਬਾਹ 7 ਵਜੇ ਫਿਰ ਆਏ ਹਾਂਜੀ ਹੁਣ ਤੱਕ ਉਹ ਦੋ ਮੁੰਡੇ ਪਤਾ ਅਜੇ ਕੁਛ ਨਹੀਂ ਪਤਾ ਲੱਗਿਆ ਨਹੀਂ ਨਹੀਂ ਲੱਗਿਆ ਜੀ ਪਤਾ ਜਿਹੜੇ ਦੋ ਬਚਾਏ ਗਏ ਆ ਉਹ ਠੀਕ ਹੈ ਹਾਂ ਉਹ ਠੀਕ ਹੈ ਜੀ ਉਹਨਾਂ ਦਾ ਹਾਲਤ ਠੀਕ ਹੈ ਬਿਲਕੁਲ ਹਾਂਜੀ ਹਾਂਜੀ ਜੀ ਪੁਲਿਸ ਕਰ ਰਹੀ ਹੈ ਸਹਿਯੋਗ ਹਾਂਜੀ ਪੂਰਾ ਹੀ ਪੁਲਿਸ ਦਾ ਸਹਿਯੋਗ ਹੈ ਜੀ ਕੁਛ ਪਤਾ ਲੱਗਿਆ ਜੀ ਕਿੱਥੋਂ ਆ ਰਹੇ ਸੀ ਅਤੇ ਕੀ ਕਰਕੇ ਆ ਰਹੇ ਸੀਗੇ ਪਾਰਟੀ ਪੂਰਟੀ ਸੀ ਜਾਂ ਕੋਈ ਦੇਖੋ ਜੀ ਮੇਰੇ ਧਿਆਨ 'ਚ ਤਾਂ ਇਹ ਮਾੜੀ ਖਬਰ ਵੀ ਆਪਦਾ ਮੁੰਡਾ ਜਨਮਦਿਨ ਮਨਾਉਣ ਆਏ ਸੀ ਇੱਥੇ ਮੱਲੇ ਅੱਛਾ ਜੀ ਉੱਥੋਂ ਗਾਂ ਇੱਧਰ ਨੂੰ ਹੋ ਗਏ ਅੱਛਾ ਹਾਂਜੀ ਹਾਂਜੀ ਅਤੇ ਰਸਤੇ ਫਿਰ ਗੱਡੀ ਤੇਜ਼ ਕਰਕੇ ਤਾਂ ਗੱਡੀ ਸਪੀਡ ਵੱਧ ਸੀ ਗੱਡੀ ਦੀ ਹਾਂਜੀ ਹਾਂਜੀ ਮਤਲਬ ਕਿ ਇਹ ਮੋੜ ਖਤਰਨਾਕ ਹੈ ਜਾਂ ਕੋਈ ਬ੍ਰੇਕ ਨਹੀਂ ਲੱਗੀ ਜਾਂ ਕੋਈ ਬੇਕੰਟਰੋਲੀ ਹੋ ਗਈ ਗੱਡੀ ਪਤਾ ਨਹੀਂ ਸਪੀਡ ਹੀ ਉੱਪਰ ਵਾਲੀ ਸੀ ਅੱਛਾ ਹਾਂਜੀ ਉਹਦੇ ਕਰਕੇ ਹੋ ਗਿਆ ਹਾਂਜੀ ਹਾਂਜੀ ਹੋਇਆ ਵਾ ਜਿਹਦੇ ਕਰਕੇ ਮਤਲਬ ਵੀ ਦੋ ਮੁੰਡੇ ਲਾਪਤਾ ਹੋਏ ਕਿ ਨਹੀਂ ਇਹ ਦੇਰ ਰਾਤ ਇਨਫੋਰਮੇਸ਼ਨ ਆਈ ਸੀਗੀ ਏਐਸਸੀ ਸਰਜੀਤ ਸਿੰਘ ਰਾਤ ਨੂੰ ਮੌਕੇ 'ਤੇ ਆਇਆ ਸੀ ਸਾਡਾ ਜੀ ਅਤੇ ਜਿਹੜੀ ਗੱਡੀ ਫਿਰ ਪਿੰਡ ਦੀ ਮਦਦ ਨਾਲ